ਤਾਂ ਦੱਸਦੇ ਕਿ ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਸੱਚਖੰਡ ਸ੍ਰੀ ਦਰਬਾਰ ਸਾਹਿਬ ਪਹੁੰਚੇ ਨੇ ਤੇ ਉੱਥੇ ਨਤਮਸਤਕ ਹੋਏ ਨੇ। ਤਾਂ ਪੰਜਾਬ ਦੇ ਵਿੱਚ ਉਹਨਾਂ ਦੇ ਵੱਲੋਂ ਦੌਰਾ ਕੀਤਾ ਜਾ ਰਿਹਾ, ਜਿੱਥੇ ਪਹਿਲਾਂ ਉਹ ਡੇਰਾ ਬਿਆਸ ਪਹੁੰਚੇ ਸੀ ਤੇ ਹੁਣ ਦਰਬਾਰ ਸਾਹਿਬ ਪਹੁੰਚੇ ਨੇ ਤੇ ਉਹਨਾਂ ਨੇ ਆਪਣੇ ਸਿਰ ਤੇ ਦਸਤਾਰ ਵੀ ਸਜਾਈ ਹੋਈ ਹੈ। ਉਹਨਾਂ ਕਿਹਾ ਕਿ ਵਾਹਿਗੁਰੂ ਅੱਗੇ ਸੀਸ ਝੁਕਾਉਣ ਦੇ ਲਈ ਆਏ ਨੇ ਤੇ ਗੁਰੂ ਜੀ ਨੇ ਜੋ ਸਿੱਖਿਆ ਅਤੇ ਜੋ ਮਾਰਗ ਦਿਖਾਇਆ ਉਸ ਤੇ ਚੱਲਣ ਦੀ ਪ੍ਰੇਰਣਾ ਮਿਲਦੀ ਹੈ। ਤਾਂ ਨਾਲ ਦੇ ਨਾਲ ਉਹਨਾਂ ਨੇ ਪੰਜਾਬ ਨੂੰ ਆਪਣਾ ਵੱਡਾ ਭਾਈ ਦੱਸਿਆ ਤੇ ਪਾਣੀ ਦੇ ਮੁੱਦੇ ਤੇ ਵੀ ਉਹਨਾਂ ਦੇ ਵੱਲੋਂ ਵੱਡਾ ਬਿਆਨ ਦਿੱਤਾ ਗਿਆ ਕਿ ਹਰਿਆਣਾ ਛੋਟਾ ਭਰਾ ਹੈ ਤੇ ਪਾਣੀ ਦੇ ਮੁੱਦੇ ਤੇ ਉਹ ਵੱਡੇ ਭਰਾ ਅੱਗੇ ਬੇਨਤੀ ਹੀ ਕਰ ਸਕਦਾ ਹੈ ਤੇ ਵੱਡੇ ਭਰਾ ਦਾ ਫਰਜ਼ ਹੈ ਕਿ ਉਹਨਾਂ ਦੀ ਪਿਆਸ ਬੁਝਾਉਣਾ। ਤਾਂ ਦੱਸਦੇ ਕਿ ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਸੱਚਖੰਡ ਸ੍ਰੀ ਦਰਬਾਰ ਸਾਹਿਬ ਪਹੁੰਚੇ ਨੇ ਤੇ ਉੱਥੇ ਨਤਮਸਤਕ ਹੋਏ ਨੇ। ਤਾਂ ਪੰਜਾਬ ਦੇ ਵਿੱਚ ਉਹਨਾਂ ਦੇ ਵੱਲੋਂ ਦੌਰਾ ਕੀਤਾ ਜਾ ਰਿਹਾ, ਜਿੱਥੇ ਪਹਿਲਾਂ ਉਹ ਡੇਰਾ ਬਿਆਸ ਪਹੁੰਚੇ ਸੀ ਤੇ ਹੁਣ ਦਰਬਾਰ ਸਾਹਿਬ ਪਹੁੰਚੇ ਨੇ ਤੇ ਉਹਨਾਂ ਨੇ ਆਪਣੇ ਸਿਰ ਤੇ ਦਸਤਾਰ ਵੀ ਸਜਾਈ ਹੋਈ ਹੈ। ਉਹਨਾਂ ਕਿਹਾ ਕਿ ਵਾਹਿਗੁਰੂ ਅੱਗੇ ਸੀਸ ਝੁਕਾਉਣ ਦੇ ਲਈ ਆਏ ਨੇ ਤੇ ਗੁਰੂ ਜੀ ਨੇ ਜੋ ਸਿੱਖਿਆ ਅਤੇ ਜੋ ਮਾਰਗ ਦਿਖਾਇਆ ਉਸ ਤੇ ਚੱਲਣ ਦੀ ਪ੍ਰੇਰਣਾ ਮਿਲਦੀ ਹੈ। ਤਾਂ ਨਾਲ ਦੇ ਨਾਲ ਉਹਨਾਂ ਨੇ ਪੰਜਾਬ ਨੂੰ ਆਪਣਾ ਵੱਡਾ ਭਾਈ ਦੱਸਿਆ ਤੇ ਪਾਣੀ ਦੇ ਮੁੱਦੇ ਤੇ ਵੀ ਉਹਨਾਂ ਦੇ ਵੱਲੋਂ ਵੱਡਾ ਬਿਆਨ ਦਿੱਤਾ ਗਿਆ ਕਿ ਹਰਿਆਣਾ ਛੋਟਾ ਭਰਾ ਹੈ ਤੇ ਪਾਣੀ ਦੇ ਮੁੱਦੇ ਤੇ ਉਹ ਵੱਡੇ ਭਰਾ ਅੱਗੇ ਬੇਨਤੀ ਹੀ ਕਰ ਸਕਦਾ ਹੈ ਤੇ ਵੱਡੇ ਭਰਾ ਦਾ ਫਰਜ਼ ਹੈ ਕਿ ਉਹਨਾਂ ਦੀ ਪਿਆਸ ਬੁਝਾਉਣਾ। ਤਾਂ ਦੱਸਦੇ ਕਿ ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਸੱਚਖੰਡ ਸ੍ਰੀ ਦਰਬਾਰ ਸਾਹਿਬ ਪਹੁੰਚੇ ਨੇ ਤੇ ਉੱਥੇ ਨਤਮਸਤਕ ਹੋਏ ਨੇ। ਤਾਂ ਪੰਜਾਬ ਦੇ ਵਿੱਚ ਉਹਨਾਂ ਦੇ ਵੱਲੋਂ ਦੌਰਾ ਕੀਤਾ ਜਾ ਰਿਹਾ, ਜਿੱਥੇ ਪਹਿਲਾਂ ਉਹ ਡੇਰਾ ਬਿਆਸ ਪਹੁੰਚੇ ਸੀ ਤੇ ਹੁਣ ਦਰਬਾਰ ਸਾਹਿਬ ਪਹੁੰਚੇ ਨੇ ਤੇ ਉਹਨਾਂ ਨੇ ਆਪਣੇ ਸਿਰ ਤੇ ਦਸਤਾਰ ਵੀ ਸਜਾਈ ਹੋਈ ਹੈ। ਉਹਨਾਂ ਕਿਹਾ ਕਿ ਵਾਹਿਗੁਰੂ ਅੱਗੇ ਸੀਸ ਝੁਕਾਉਣ ਦੇ ਲਈ ਆਏ ਨੇ ਤੇ ਗੁਰੂ ਜੀ ਨੇ ਜੋ ਸਿੱਖਿਆ ਅਤੇ ਜੋ ਮਾਰਗ ਦਿਖਾਇਆ ਉਸ ਤੇ ਚੱਲਣ ਦੀ ਪ੍ਰੇਰਣਾ ਮਿਲਦੀ ਹੈ। ਤਾਂ ਨਾਲ ਦੇ ਨਾਲ ਉਹਨਾਂ ਨੇ ਪੰਜਾਬ ਨੂੰ ਆਪਣਾ ਵੱਡਾ ਭਾਈ ਦੱਸਿਆ ਤੇ ਪਾਣੀ ਦੇ ਮੁੱਦੇ ਤੇ ਵੀ ਉਹਨਾਂ ਦੇ ਵੱਲੋਂ ਵੱਡਾ ਬਿਆਨ ਦਿੱਤਾ ਗਿਆ ਕਿ ਹਰਿਆਣਾ ਛੋਟਾ ਭਰਾ ਹੈ ਤੇ ਪਾਣੀ ਦੇ ਮੁੱਦੇ ਤੇ ਉਹ ਵੱਡੇ ਭਰਾ ਅੱਗੇ ਬੇਨਤੀ ਹੀ ਕਰ ਸਕਦਾ ਹੈ ਤੇ ਵੱਡੇ ਭਰਾ ਦਾ ਫਰਜ਼ ਹੈ ਕਿ ਉਹਨਾਂ ਦੀ ਪਿਆਸ ਬੁਝਾਉਣਾ। ਤਾਂ ਦੱਸਦੇ ਕਿ ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਸੱਚਖੰਡ ਸ੍ਰੀ ਦਰਬਾਰ ਸਾਹਿਬ ਪਹੁੰਚੇ ਨੇ ਤੇ ਉੱਥੇ ਨਤਮਸਤਕ ਹੋਏ ਨੇ। ਤਾਂ ਪੰਜਾਬ ਦੇ ਵਿੱਚ ਉਹਨਾਂ ਦੇ ਵੱਲੋਂ ਦੌਰਾ ਕੀਤਾ ਜਾ ਰਿਹਾ, ਜਿੱਥੇ ਪਹਿਲਾਂ ਉਹ ਡੇਰਾ ਬਿਆਸ ਪਹੁੰਚੇ ਸੀ ਤੇ ਹੁਣ ਦਰਬਾਰ ਸਾਹਿਬ ਪਹੁੰਚੇ ਨੇ ਤੇ ਉਹਨਾਂ ਨੇ ਆਪਣੇ ਸਿਰ ਤੇ ਦਸਤਾਰ ਵੀ ਸਜਾਈ ਹੋਈ ਹੈ। ਉਹਨਾਂ ਕਿਹਾ ਕਿ ਵਾਹਿਗੁਰੂ ਅੱਗੇ ਸੀਸ ਝੁਕਾਉਣ ਦੇ ਲਈ ਆਏ ਨੇ ਤੇ ਗੁਰੂ ਜੀ ਨੇ ਜੋ ਸਿੱਖਿਆ ਅਤੇ ਜੋ ਮਾਰਗ ਦਿਖਾਇਆ ਉਸ ਤੇ ਚੱਲਣ ਦੀ ਪ੍ਰੇਰਣਾ ਮਿਲਦੀ ਹੈ। ਤਾਂ ਨਾਲ ਦੇ ਨਾਲ ਉਹਨਾਂ ਨੇ ਪੰਜਾਬ ਨੂੰ ਆਪਣਾ ਵੱਡਾ ਭਾਈ ਦੱਸਿਆ ਤੇ ਪਾਣੀ ਦੇ ਮੁੱਦੇ ਤੇ ਵੀ ਉਹਨਾਂ ਦੇ ਵੱਲੋਂ ਵੱਡਾ ਬਿਆਨ ਦਿੱਤਾ ਗਿਆ ਕਿ ਹਰਿਆਣਾ ਛੋਟਾ ਭਰਾ ਹੈ ਤੇ ਪਾਣੀ ਦੇ ਮੁੱਦੇ ਤੇ ਉਹ ਵੱਡੇ ਭਰਾ ਅੱਗੇ ਬੇਨਤੀ ਹੀ ਕਰ ਸਕਦਾ ਹੈ ਤੇ ਵੱਡੇ ਭਰਾ ਦਾ ਫਰਜ਼ ਹੈ ਕਿ ਉਹਨਾਂ ਦੀ ਪਿਆਸ ਬੁਝਾਉਣਾ। ਤਾਂ ਦੱਸਦੇ ਕਿ ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਸੱਚਖੰਡ ਸ੍ਰੀ ਦਰਬਾਰ ਸਾਹਿਬ ਪਹੁੰਚੇ ਨੇ ਤੇ ਉੱਥੇ ਨਤਮਸਤਕ ਹੋਏ ਨੇ। ਤਾਂ ਪੰਜਾਬ ਦੇ ਵਿੱਚ ਉਹਨਾਂ ਦੇ ਵੱਲੋਂ ਦੌਰਾ ਕੀਤਾ ਜਾ ਰਿਹਾ, ਜਿੱਥੇ ਪਹਿਲਾਂ ਉਹ ਡੇਰਾ ਬਿਆਸ ਪਹੁੰਚੇ ਸੀ ਤੇ ਹੁਣ ਦਰਬਾਰ ਸਾਹਿਬ ਪਹੁੰਚੇ ਨੇ ਤੇ ਉਹਨਾਂ ਨੇ ਆਪਣੇ ਸਿਰ ਤੇ ਦਸਤਾਰ ਵੀ ਸਜਾਈ ਹੋਈ ਹੈ। ਉਹਨਾਂ ਕਿਹਾ ਕਿ ਵਾਹਿਗੁਰੂ ਅੱਗੇ ਸੀਸ ਝੁਕਾਉਣ ਦੇ ਲਈ ਆਏ ਨੇ ਤੇ ਗੁਰੂ ਜੀ ਨੇ ਜੋ ਸਿੱਖਿਆ ਅਤੇ ਜੋ ਮਾਰਗ ਦਿਖਾਇਆ ਉਸ ਤੇ ਚੱਲਣ ਦੀ ਪ੍ਰੇਰਣਾ ਮਿਲਦੀ ਹੈ। ਤਾਂ ਨਾਲ ਦੇ ਨਾਲ ਉਹਨਾਂ ਨੇ ਪੰਜਾਬ ਨੂੰ ਆਪਣਾ ਵੱਡਾ ਭਾਈ ਦੱਸਿਆ ਤੇ ਪਾਣੀ ਦੇ ਮੁੱਦੇ ਤੇ ਵੀ ਉਹਨਾਂ ਦੇ ਵੱਲੋਂ ਵੱਡਾ ਬਿਆਨ ਦਿੱਤਾ ਗਿਆ ਕਿ ਹਰਿਆਣਾ ਛੋਟਾ ਭਰਾ ਹੈ ਤੇ ਪਾਣੀ ਦੇ ਮੁੱਦੇ ਤੇ ਉਹ ਵੱਡੇ ਭਰਾ ਅੱਗੇ ਬੇਨਤੀ ਹੀ ਕਰ ਸਕਦਾ ਹੈ ਤੇ ਵੱਡੇ ਭਰਾ ਦਾ ਫਰਜ਼ ਹੈ ਕਿ ਉਹਨਾਂ ਦੀ ਪਿਆਸ ਬੁਝਾਉਣਾ।